ਭਾਰਤ ਵਿੱਚ ਹਰ ਸਾਲ 4-5 ਲੱਖ ਲੋਕ ਟਿਊਬਰਕਲੋਸਿਸ ਨਾਂ ਦੀ ਬਿਮਾਰੀ ਨਾਲ ਮਾਰੇ ਜਾਂਦੇ ਹਨ ਅਤੇ ਮਲੇਰੀਏ ਨਾਲ 2 ਲੱਖ ਲੋਕ ਮਾਰੇ ਜਾਂਦੇ ਹਨ ਅਤੇ ਹੈਪੀਟਾਈਟਸ ਜੋ ਇੱਕ ਤਰ੍ਹਾਂ ਦਾ ਵਾਇਰਸ ਹੀ ਹੈ ਉਸ ਨਾਲ ਹਰ ਸਾਲ ਭਾਰਤ ਵਿੱਚ 75000 ਲੋਕ ਮਾਰੇ ਜਾਂਦੇ ਹਨ ਡੰਡੀ ਤਾਂ ਇੱਕ ਫਿਰ ਇੰਨਾ ਰੌਲਾ ਰੱਪਾ ਕਰੋਨਾ ਵਾਇਰਸ ਕਰਕੇ ਕਿਉਂ ਪਾਇਆ ਜਾ ਰਿਹਾ ਹੈ ਡੰਡੀ ਦੁਨੀਆ ਵਿੱਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਕਿਉਂ ਬਣਾਇਆ ਜਾ ਰਿਹਾ ਹੈ ਉਹ ਇਹ ਦੁਨੀਆ ਦੀ ਰਫਤਾਰ ਰੁਕ ਗਈ ਹੈ ਡੰਡੀ ਇਸ ਦੇ ਪਿੱਛੇ ਅਸਲ ਕਾਰਨ ਕੀ ਹੈ ਡੰਡੀ ਇਹ ਖੇਲ ਸ਼ੁਰੂ ਹੋਇਆ ਚੀਨ ਦੇ ਬਹਾਨ ਸ਼ਹਿਰ ਤੋਂ ਜਿਹੜਾ ਚੀਨ ਆਪਣੇ ਆਪ ਨੂੰ ਗੁਪਤ ਰੱਖਦਾ ਹੈ ਡੰਡੀ ਇਥੋਂ ਤੱਕ ਕਿ ਗੂਗਲ ਫੇਸਬੁੱਕ ਵਟਸਐਪ ਆਦ ਵੀ ਆਪਣੇ ਦੇਸ਼ ਵਿੱਚ ਨਹੀਂ ਚੱਲਣ ਦਿੰਦਾ ਡੰਡੀ ਹਮੇਸ਼ਾ ਆਪਣੇ ਅੰਦਰਲੇ ਮਾਮਲਿਆਂ ਨੂੰ ਗੁਪਤ ਰੱਖਦਾ ਹੈ ਡੰਡੀ ਦੁਨੀਆ ਦੇ ਵਿੱਚ ਇੰਟਰਨੈਟ ਤੇ ਸਰਚ ਕਰਨ ਲਈ ਗੂਗਲ ਕ੍ਰੋਮ ਨੂੰ ਵਰਤਿਆ ਜਾਂਦਾ ਹੈ ਪਰ ਚਾਈਨਾ ਆਪਣੇ ਹੀ ਬਣਾਏ ਹੋਏ ਬ੍ਰਾਊਜ਼ਰ ਨੂੰ ਵਰਤਦਾ ਹੈ ਡੰਡੀ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਿੱਥੇ ਦੁਨੀਆ ਵਿੱਚ 1.75 ਮਿਲੀਅਨ ਲੋਕ WhatsApp ਨੂੰ ਵਰਤਦੇ ਹਨ ਉਥੇ ਹੀ ਚਾਈਨਾ ਆਪਣੇ ਬਣਾਏ WeChat ਨੂੰ ਵਰਤਦਾ ਹੈ ਡੰਡੀ ਚਾਈਨਾ ਨੇ ਇਸ ਨੂੰ ਟੱਕਰ ਦੇਣ ਲਈ alibaba.com ਨਾਮ ਦੀ ਸਾਈਟ ਵੀ ਬਣਾ ਦਿੱਤੀ ਡੰਡੀ ਇਹ ਉਹ ਹੀ ਸਾਈਟ ਹੈ ਜੋ ਅੱਜ ਪੂਰੀ ਦੁਨੀਆ ਵਿੱਚ ਮਾਸਕ ਵੇਚ ਰਹੀ ਹੈ ਡੰਡੀ ਇਥੋਂ ਕਿ ਚਾਈਨਾ ਆਪਣੇ ਦੇਸ਼ ਵਿੱਚ Gmail ਨੂੰ ਵੀ ਨਹੀਂ ਚੱਲਣ ਦਿੱਤਾ ਉਥੇ ਮੈਸੇਜ ਜਾਂ ਫਾਈਲ ਭੇਜਣ ਲਈ qq.com ਨੂੰ ਵਰਤਿਆ ਜਾਂਦਾ ਹੈ ਡੰਡੀ ਜਿੱਥੇ ਇੱਕ ਦੂਜੇ ਨਾਲ ਜੁੜਨ ਲਈ ਅੱਜ ਪੂਰੀ ਦੁਨੀਆ ਵਿੱਚ Facebook ਨੂੰ ਚਲਾਉਂ ਚਲਾਉਂਦੀ ਹੈ ਉੱਥੇ ਹੀ ਚਾਈਨਾ ਦੇ ਵਿੱਚ ਰਹਿਣ-ਬਹਿਣ ਨਾ ਦੀ ਐਪ ਨੂੰ ਵਰਤਿਆ ਜਾਂਦਾ ਹੈ ਡੰਡੀ ਟਵਿੱਟਰ ਦੀ ਜਗ੍ਹਾ ਉੱਥੇ ਬਿਉਬੋ ਵਰਤਿਆ ਜਾਂਦਾ ਹੈ ਡੰਡੀ ਜਿੱਥੇ ਪੂਰੀ ਦੁਨੀਆ ਆਨਲਾਈਨ ਵੀਡੀਓ ਦੇਖਣ ਲਈ YouTube ਨੂੰ ਵਰਤਦੀ ਹੈ ਉਥੇ ਚਾਈਨਾ ਦੇ ਵਿੱਚ ਆਪਣਾ ਹਿੱਟ ਵਰਜ਼ਨ ਬਣਾ ਦਿੱਤਾ ਹੈ ਡੰਡੀ Oppo ਅਤੇ Vivo ਨੂੰ ਭਾਰਤ ਵਿੱਚ ਲਾਂਚ ਕਰਨ ਵਾਲਾ ਵੀ ਚਾਈਨਾ ਹੀ ਹੈ ਡੰਡੀ ਚੀਨ ਆਪਣੇ ਆਪ ਨੂੰ ਗੁਪਤ ਹੀ ਰੱਖਦਾ ਹੈ ਇਸ ਦਾ ਕਾਰਨ ਇਹ ਹੈ ਕਿ ਦੁਨੀਆ ਨੂੰ ਪਤਾ ਨਾ ਲੱਗੇ ਕਿ ਚੀਨ ਅੰਦਰ ਕੀ ਹੋ ਰਿਹਾ ਹੈ ਡੰਡੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੀਗਰਟ ਰੱਖਦਾ ਹੈ ਡੰਡੀ 4 ਜਨਵਰੀ ਦੇ ਵਿੱਚ ਚੀਨ ਦੇ ਖੁਦ ਵੀਡੀਓ ਬਣਾ ਬਣਾ ਕੇ ਦੁਨੀਆ ਨੂੰ ਦੱਸ ਰਿਹਾ ਹੈ ਕਿ ਸਾਡੇ ਦੇਸ਼ ਵਿੱਚ ਕਰੋਨਾ ਫੈਲ ਚੁੱਕਾ ਹੈ ਡੰਡੀ ਹੁਣ ਕਿਉਂ ਆਪਣੇ ਆਪ ਅੰਦਰਲੀਆਂ ਗੱਲਾਂ ਪੇਸ਼ ਕੀਤੀਆਂ ਡੰਡੀ ਇਹ ਸਭ ਕੁਝ ਉਹ ਦੇਸ਼ ਕਰ ਰਿਹਾ ਹੈ ਡੰਡੀ ਜਿਸ ਦੀ ਛੋਟੀ ਤੋਂ ਛੋਟੀ ਗੱਲ ਵੀ ਉਸ ਦੇਸ਼ ਤੋਂ ਬਾਹਰ ਨਹੀਂ ਜਾਂਦੀ ਡੰਡੀ ਚਾਈਨਾ ਦਾ ਅਖਬਾਰ ਵੀ ਚਾਈਨਸ ਭਾਸ਼ਾ ਵਿੱਚ ਹੀ ਹੁੰਦੇ ਹਨ ਡੰਡੀ ਚਾਈਨਾ ਇੱਥੋਂ ਤੱਕ ਆਪਣੇ ਆਪ ਨੂੰ ਬਚਾ ਕੇ ਰੱਖਦਾ ਹੈ ਕਿ ਉਸ ਦੀ ਟੈਕਨੋਲੋਜੀ ਅਤੇ ਸਰਚ ਦੂਜੇ ਦੇਸ਼ਾਂ ਦੇ মিডিਆ ਤੱਕ ਨਾ ਪਹੁੰਚ ਜਾਵੇ ਡੰਡੀ ਉਥੇ ਉਹ ਦੇਸ਼ ਆਪਣੀ ਇੱਕ ਇੱਕ ਵੀਡੀਓ ਨੂੰ ਐਚਡੀ ਦੇ ਵਿੱਚ ਸ਼ੂਟ ਕਰਕੇ ਪੂਰੀ ਦੁਨੀਆ ਨੂੰ ਦਿਖਾ ਰਿਹਾ ਹੈ ਕਿ ਉਹਨਾਂ ਦੇ ਬਹਾਉਣ ਸ਼ਹਿਰ ਵਿੱਚ ਕਰੋਨਾ ਦਾ ਕਹਿਰ ਢਾ ਰਿਹਾ ਹੈ ਡੰਡੀ ਦੂਜੀ ਗੱਲ ਹੁਣ ਕਰੋਨਾ ਚਾਇਨਾ ਵਿੱਚੋਂ ਪੂਰੀ ਤਰ੍ਹਾਂ ਨਾਲ ਗਾਇਬ ਹੋ ਗਿਆ ਹੈ ਡੰਡੀ ਬਹੌਣ ਸ਼ਹਿਰ ਵੀ ਬਿਲਕੁਲ ਪਹਿਲਾਂ ਤਰ੍ਹਾਂ ਚੱਲ ਪਿਆ ਹੈ ਡੰਡੀ ਜੋ ਕਿ ਕਰੋਨਾ ਦਾ ਗੜ ਸੀ ਜੋ ਲੋਕ ਇਸ ਤੋਂ ਬਿਮਾਰ ਸੀ ਉਹ ਲੋਕ ਵੀ ਬਿਲਕੁਲ ਠੀਕ ਹੋ ਰਹੇ ਨੇ ਤੇ ਆਪਸ ਵਾਪਸ ਆਪਣੇ ਕਮਾਂ ਤੇ ਜਾ ਰਹੇ ਹਨ ਡੰਡੀ ਤਾਂ ਫਿਰ ਇਹ ਗਾਇਬ ਕਿਵੇਂ ਹੋਇਆ ਡੰਡੀ ਮਰਨ ਵਾਲਿਆਂ ਦੀ ਗਿਣਤੀ ਜ਼ੀਰੋ ਹੋ ਗਈ ਹੈ ਡੰਡੀ ਉਹ ਹੋਰ ਦੇਸ਼ਾਂ ਨੂੰ ਦੱਸ ਸਕਦਾ ਹੈ ਤਾਂ ਜੋ ਹੋਰ ਦੇਸ਼ਾਂ ਵਿੱਚ ਵੀ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ ਡੰਡੀ ਇੰਨਾਂ ਗੱਲਾਂ ਦੀ ਜੇਕਰ ਅਸੀਂ ਡੂੰਘਾਈ ਦੇ ਵਿੱਚ ਜਾਈਏ ਤਾਂ ਸੁਰਾਗ ਮਿਲੇਗਾ ਜਿਵੇਂ ਹੁਣ ਭਾਰਤ ਦੇ ਨਾਲ ਨਾਲ ਸਾਰੀ ਦੁਨੀਆ ਦੇ ਵਿੱਚ ਲਾਕਡਾਊਨ ਹੋਇਆ ਹੈ ਇਸ ਦਾ ਮਤਲਬ ਕੀ ਹੈ ਡੰਡੀ ਇਹ ਡਰ ਚਾਈਨਾ ਨੇ ਤੁਹਾਡੇ ਮਣਾ ਦੇ ਵਿੱਚ ਪਾਇਆ ਹੈ ਡੰਡੀ ਜਦੋਂ ਇੱਕ ਪ੍ਰਸਿੱਧ ਪੱਤਰਕਾਰ ਤੋਂ ਸਵਾਲ ਪੁੱਛਿਆ ਗਿਆ ਕਿ ਇਹ ਵਾਇਰਸ ਸੱਚੀ ਚਾਈਨਾ ਦੀ ਸਾਜ਼ਿਸ਼ ਹੈ ਤਾਂ ਉਸਨੇ ਕਿਹਾ ਚਾਈਨਾ ਨੇ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਦੀ ਦਵਾਈ ਬਣਾ ਲਈ ਸੀ ਤੇ ਉਸ ਤੋਂ ਬਾਅਦ ਪੂਰੀ ਦੁਨੀਆ ਵਿੱਚ ਕਰੋਨਾ ਨੂੰ ਫਲਾਅ ਦਿੱਤਾ ਡੰਡੀ ਇਹ ਦਵਾਈ ਉਦੋਂ ਤੱਕ ਆਪਣੇ ਫ੍ਰੀਜਾਂ ਵਿੱਚ ਰੱਖੀ ਜਦੋਂ ਤੱਕ ਦੁਨੀਆ ਦੀ ਅਰਥ ਵਿਵਸਥਾ ਮੁਦੇ ਮੂੰ ਨਹੀਂ ਹੋਈ ਡੰਡੀ ਚੀਨ ਜੋ ਕਿ ਪੂਰੀ ਦੁਨੀਆ ਦੇ ਇਨਵੈਸਟਰਾਂ ਦਾ ਹੱਬ ਬਣ ਚੁੱਕਿਆ ਸੀ ਡੰਡੀ ਮਾਹਿਰਾਂ ਦੀ ਗੱਲ ਮੰਨੀਏ ਤਾਂ ਜਦੋਂ ਚైనా ਨੇ ਬਹਾਉਣ ਸ਼ਹਿਰ ਦੇ ਵਿੱਚ ਇਸ ਵਾਇਰਸ ਨੂੰ ਛੱਡਿਆ ਤਾਂ ਉੱਥੇ ਮੌਤਾਂ ਦੀ ਗਿਣਤੀ ਦਿਨ ਬਦ ਦਿਨ ਵਧਣ ਲੱਗੀ ਤਾਂ ਉਥੋਂ ਦਰਦੇ ਮਾਰੇ ਭੱਜ ਰਹੇ ਇਨਵੈਸਟਰਾਂ ਨੇ ਸ਼ਹਿਰਾਂ ਨੂੰ ਕੋਡੀਆਂ ਦੇ ਭਾਅ ਖਰੀਦ ਲਿਆ ਤੇ ਉਹ ਵਿਦੇਸ਼ੀ ਵਪਾਰ ਆਪਣੀ ਪੂੰਜੀ ਛੱਡ ਕੇ ਭੱਜ ਗਏ ਡੰਡੀ ਬਾਅਦ ਵਿੱਚ ਚੀਨ ਨੇ ਪਹਿਲਾਂ ਤੋਂ ਤਿਆਰ ਕੀਤੀ ਦਵਾਈ ਨੂੰ ਬਾਹਰ ਕੱਢਿਆ ਤੇ 2-4 ਦਿਨਾਂ ਦੇ ਵਿੱਚ ਹੀ ਚੀਨ ਵਿੱਚ ਹੋ ਰਹੀਆਂ ਮੌਤਾਂ ਨੂੰ ਰੋਕ ਦਿੱਤਾ ਡੰਡੀ ਇਸ ਯੁੱਧ ਦੇ ਵਿੱਚ ਚੀਨ ਨੇ ਕੁਝਕ ਆਪਣੇ ਲੋਕ ਤਾਂ ਜ਼ਰੂਰ ਗਵਾਏ ਪਰ ਉਸ ਨੇ ਦੁਨੀਆ ਦੀ ਦੌਲਤ ਨੂੰ ਲੁੱਟ ਲਿਆ ਡੰਡੀ ਅੱਜ ਦੇ ਹਾਲਾਤ ਇਹ ਨੇ ਕਿ ਉਥੇ ਕਰੋਨਾ ਨਾਲ ਇੱਕ ਵੀ ਮੌਤ ਨਹੀਂ ਹੋਈ ਅਤੇ ਇੱਕ ਵੀ ਮਰੀਜ਼ ਦੀ ਗਿਣਤੀ ਵਿੱਚ ਵਾਦਾ ਨਹੀਂ ਹੋਇਆ ਡੰਡੀ ਦੁਨੀਆ ਵਿੱਚ ਕਾਲ ਬਣ ਕੇ ਘੁੰਮ ਰਿਹਾ ਹੈ ਡੰਡੀ ਉਹਨਾਂ ਸਾਰੇ ਦੇਸ਼ਾਂ ਦਾ ਲੱਕ ਟੁੱਟ ਗਿਆ ਜਿੱਥੇ ਚਾਈਨਸ ਨਾਗਰਿਕ ਖਰਚ ਕਰਦੇ ਸਨ ਡੰਡੀ ਅੱਜ ਹਰ ਦੇਸ਼ ਆਪਣੀ ਆਰਥਿਕ ਅਵਸਥਾ ਨੂੰ ਧਰਤੀ ਵਿੱਚ ਦੱਸਦੇ ਹੋਏ ਦੇਖ ਰਿਹਾ ਹੈ ਡੰਡੀ ਉੱਥੇ ਹੀ ਚਾਈਨਾ ਦੀ ਅਰਥ ਵਿਵਸਥਾ ਮਜ਼ਬੂਤ ਹੁੰਦੀ ਜਾ ਰਹੀ ਹੈ ਡੰਡੀ ਇਹ ਇੱਕ ਆਰਥਿਕ ਯੁੱਧ ਸੀ ਜਿਸ ਨੂੰ ਚੀਨ ਜਿੱਤ ਚੁੱਕਿਆ ਹੈ ਡੰਡੀ ਬਹਾਉਣ ਸ਼ਹਿਰ ਤੋਂ ਸ਼ੰਗਾਈ ਸ਼ਹਿਰ ਦੀ ਆਪਸੀ ਦੂਰੀ 839 ਕਿਲੋਮੀਟਰ ਹੈ ਬਹਾਨ ਤੋਂ ਵਿਜ਼ਿੰਗ 1152 ਕਿਲੋਮੀਟਰ ਬਹਾਨ ਤੋਂ ਮਿਲਾਨ ਇਟਲੀ ਦਾ ਉਹ ਸ਼ਹਿਰ ਜਿੱਥੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਮੌਤਾਂ ਹੋਈਆਂ ਡੰਡੀ ਜੋ ਕਿ 15000 ਕਿਲੋਮੀਟਰ ਦੀ ਦੂਰੀ ਤੇ ਹੈ ਡੰਡੀ ਬਹਾਨ ਤੋਂ ਅਮਰੀਕਾ 15000 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਡੰਡੀ ਬੀਜਿੰਗ ਸ਼ੰਗਾਈ ਦੇ ਵਿੱਚ ਕਰੋਨਾ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਡੰਡੀ ਇਟਲੀ ਯੂਰਪ ਈਰਾਨ ਅਤੇ ਅਮਰੀਕਾ ਦੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ ਡੰਡੀ ਪੂਰੀ ਦੁਨੀਆ ਦੀ ਅਰਥ ਆਰਥਿਕ ਵਿਵਸਥਾ ਬਿਲਕੁਲ ਬਰਬਾਦ ਹੋ ਗਈ ਹੈ ਡੰਡੀ ਚਾਈਨਾ ਦੇ ਸਾਰੇ ਵਪਾਰਕ ادارے ਸੁਰੱਖਿਅਤ ਹਨ ਡੰਡੀ ਇਥੋਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕੁਝ ਤਾਂ ਗੜਬੜ ਹੈ ਡੰਡੀ